ਰੂਪਨਗਰ ਨੇੜੇ ਪੈਂਦੇ ਪਿੰਡ ਖੈਰਾਬਾਦ ਕੋਲੋਂ ਬੁਧਕੀ ਨਦੀ ਦਾ ਬੰਨ ਟੁੱਟਣ ਕਾਰਨ ਪਿੰਡ ਛੋਟਾ ਫੂਲ ਵੱਡਾ ਫੂਲ ਅਤੇ ਗੁਰਦਾਸਪੁਰ 'ਚ ਹੋਈ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਵਾਸਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਪਣੀ ਟੀਮ ਸਮੇਤ ਇਨ੍ਹਾਂ ਪਿੰਡਾਂ ਵਿੱਚ ਪਹੁੰਚੇ। ਇਸ ਮੌਕੇ ਉਹਨਾਂ ਅਕਾਲੀ ਦਲ ਅਤੇ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਦੋਵੇਂ ਸਰਕਾਰਾਂ ਦੀ ਨਲਾਇਕੀ ਕਰਕੇ ਪੰਜਾਬ ਵਿੱਚ ਹੜ੍ਹ ਆਏ ਹਨ, ਕਿਉਂਕਿ ਇਹ ਸਰਕਾਰ ਦੀ ਮਿਲੀ ਭੁਗਤ ਦੇ ਕਾਰਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਨਜਾਇਜ਼ ਮਾਈਨਿੰਗ ਹੋਈ ਹੈ ਅਤੇ ਹੋ ਰਹੀ ਹੈ, ਜਿਸ ਕਰਕੇ ਪੰਜਾਬ ਵਿੱਚ ਹੜ੍ਹ ਆਏ ਹਨ। ਚੀਮਾ ਨੇ ਕਿਹਾ ਕਿ ਬੁਧਕੀ ਨਦੀ ਲਗਭਗ 500 ਮੀਟਰ ਚੌੜੀ ਹੈ, ਜਿਸ ਦੀ ਪਿਛਲੇ 25 ਸਾਲਾਂ ਤੋਂ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਨਦੀ ਦੇ ਵਿੱਚ ਸੈਂਕੜੇ ਦਰੱਖਤ ਉੱਗ ਕੇ ਜੰਗਲ ਦਾ ਰੂਪ ਧਾਰ ਚੁੱਕੇ ਹਨ। ਇਹ ਪਾਣੀ ਦੇ ਵਹਾਅ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸੇ ਹੀ ਕਾਰਨ ਨਦੀ ਦਾ ਤੇਜ਼ ਵਹਾਅ ਪਾਣੀ ਆਪਣੇ ਕੰਢਿਆਂ ਦੇ ਕਮਜ਼ੋਰ ਹਿੱਸੇ ਨੂੰ ਤੋੜ ਕੇ ਖੈਰਾਬਾਦ ਤੋਂ ਪਿੰਡ ਫੂਲ ਗੁਰਦਾਸਪੁਰ ਨੂੰ ਤਬਾਹ ਕਰਦਾ ਹੋਇਆ ਸਤਲੁਜ ਦਰਿਆ ਵਿੱਚ ਜਾਣ ਮਿਲਿਆ। ਦੇਖੋ, ਹਾਲਾਤ ਬਹੁਤ ਮਾੜੇ ਬਣੇ ਹੋਏ ਨੇ। ਪਾਣੀ ਜਿਹੜਾ ਹੈਗਾ ਹੁਣ ਤਾਂ ਬੇਸ਼ਕ ਉੱਤਰ ਗਿਆ, ਪਰ ਪਿਛਲਾ ਪਾਣੀ ਬਹੁਤ ਜ਼ਿਆਦਾ ਆਇਆ ਗਾ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਘਰਾਂ 'ਚ ਹੋਇਆ ਗਾ, ਫਸਲਾਂ ਦਾ ਹੋਇਆ ਗਾ। ਸਰਕਾਰ ਨੂੰ ਚਾਹੀਦਾ ਹਰੇਕ ਸਾਲ ਜਦੋਂ ਮਾਨਸੂਨ ਆਉਣਾ ਗਾ, ਜਦੋਂ ਮੀਂਹ ਆਉਣ ਦਾ ਟਾਈਮ ਹੁੰਦਾ ਗਾ, ਪਤਾ ਸਭ ਨੂੰ, ਉਸ ਤੋਂ ਪਹਿਲਾਂ ਜੇਕਰ ਰਾਸ਼ੀ ਜਾਰੀ ਹੋਵੇ। ਜੇਕਰ ਹੁਣ ਸਰਕਾਰ ਕਿਤੇ 100 ਕਰੋੜ ਜਾਰੀ ਕੀਤਾ, ਜਿਸ ਤੋਂ ਪਹਿਲਾਂ 50 ਕਰੋੜ ਰੁਪਏ ਜਾਰੀ ਕੀਤੇ, ਉਹਦੇ ਜਿਹੜੇ ਨਦੀਆਂ ਨਾਲੇ, ਜਿਹੜੇ ਪੁਰਾਣੇ ਨਦੀਆਂ ਨਾਲੇ ਕਿਤੇ ਨਾ ਕਿਤੇ ਬੰਦ ਵੀ ਹੋ ਚੁੱਕੇ, ਰਿਪੇਅਰ ਹੁੰਦੀ ਹੈ ਉਹਨਾਂ ਤੋਂ, ਉਹਨਾਂ ਦੇ ਡੈਮ ਬਿਲਕੁਲ ਉੱਥੇ ਬੰਨ ਲੱਗਦੇ, ਤਾਂ ਇਹ ਹੜ੍ਹ ਨਹੀਂ ਆ ਸਕਦੇ। ਸੋ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਟੋਟਲ ਜਿਹੜਾ ਹੈਗਾ 100% ਲੋਸ ਜਿਹੜਾ ਹੈਗਾ ਲੋਕਾਂ ਨੂੰ ਦੇਣਾ ਚਾਹੀਦਾ ਹੈਗਾ। ਗਿਰਦਾਵਰੀਆਂ ਜਲਦੀ ਹੋਣੀ ਚਾਹੀਦੀ, ਮੁਆਵਜ਼ਾ ਜਲਦੀ ਮਿਲਣਾ ਚਾਹੀਦਾ। ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ, ਕੇਂਦਰ ਸਰਕਾਰ ਨੇ ਕੁਝ ਫੰਡ ਜਾਰੀ ਵੀ ਕੀਤੇ, ਉਹਦੇ ਵਿੱਚ ਪੰਜਾਬ ਲਈ ਹਜੇ ਕੁਝ ਨਹੀਂ ਕੀਤਾ ਹੈ। ਦੇਖੋ, ਪੰਜਾਬ ਸਰਕਾਰ ਨੂੰ ਚਾਹੀਦਾ ਤੁਰੰਤ ਜਿਹੜੀ ਗਿਰਦਾਵਰੀ ਆਵੇਦਨ 24 ਘੰਟੇ 'ਚ ਗਿਰਦਾਵਰੀ ਹੋ ਕੇ ਜਿਹੜਾ ਮੁਆਵਜ਼ਾ ਪੂਰਾ ਮਿਲਣਾ ਚਾਹੀਦਾ। 100% ਜਿਹੜੀ ਫਸਲ ਤਬਾਹ ਹੋ ਗਈ, ਘਰ ਤਬਾਹ ਹੋ ਗਏ, ਪਸ਼ੂ ਮਾਰੇ ਗਏ, ਬਹੁਤ ਵੱਡੀਆਂ ਬਿਮਾਰੀਆਂ ਫੈਲ ਰਹੀਆਂ ਨੇ, ਮੈਂ ਪੁੱਛ ਕੇ ਆਇਆ ਕਿ ਬਿਮਾਰੀਆਂ ਕਾਫੀ ਫੈਲ ਰਹੀਆਂ ਨੇਗੀਆਂ। ਸੋ ਮੈਂ ਸਮਝਦਾ ਕਿ ਐਮਰਜੈਂਸੀ ਫੰਡ ਜਾਰੀ ਕਰਕੇ ਤੁਰੰਤ ਲੋਕਾਂ ਨੂੰ ਰਿਲੀਫ ਮਿਲਣੀ ਚਾਹੀਦੀ। ਬਿਆਨ ਵੀ ਆ ਰਹੇ ਨੇ ਭਾਖੜਾ ਨੂੰ ਲੈ ਕੇ ਵੀ, ਅਕਾਲੀ ਦਲ ਕਹਿ ਰਹੇ ਸੀ ਕਿ ਅਸੀਂ ਅਦਾਲਤ ਵਿੱਚ ਜਾਵਾਂਗੇ, ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ, ਕਹਿੰਦੇ ਕਿ ਵੱਡੇ ਬਾਦਲ ਨੇ ਜਿਹੜੇ ਬੰਨ ਲਗਾਏ ਨੇ। ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਜਾਣ ਦੀ ਕੀ ਲੋੜ ਹੈਗੀ? ਉਹ ਆਪ ਸੈਂਟਰ ਸਰਕਾਰ 'ਚ ਬੈਠੇ ਨੇ, ਉਹਨਾਂ ਦੀ ਧਰਮ ਪਤਨੀ ਵਜ਼ੀਰ ਆ ਗਈ, ਉੱਥੋਂ ਕਿਉਂ ਨਹੀਂ ਆਰਡਰ ਪਾਸ ਕਰਾਉਂਦੇ, ਕਿਉਂ ਅਦਾਲਤਾਂ ਜਾਣ ਦੀ ਗੱਲ ਕਰਦੇ ਨੇ? ਸਰਕਾਰ ਜਿਹੜੀ ਹੁੰਦੀ ਆ ਉਹ ਵੱਡੀ ਹੁੰਦੀ ਆ, ਸਰਕਾਰ ਆਪ ਆਰਡਰ ਪਾਸ ਕਰ ਸਕਦੀ ਆ। ਸੋ ਮੈਂ ਸਮਝਦਾ ਲੋਕਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਈਨਿੰਗ ਜਿਹੜੀ ਹੋਈ ਆ, ਸਭ ਤੋਂ ਵੱਧ ਗੈਰ ਕਾਨੂੰਨੀ ਮਾਈਨਿੰਗ ਕਦੋਂ ਹੋਈ ਆ? ਪਿਛਲੇ 10 ਸਾਲਾਂ 'ਚ ਹੋਈ ਆ, ਉਹ ਮਾਈਨਿੰਗ ਜਾਰੀ ਆ। ਉਹਨਾਂ ਉਸ ਮਾਈਨਿੰਗ ਦੇ ਨਾਲ ਮੈਂ ਸਮਝਦਾ ਜਿਹੜੇ ਬੰਨ ਟੁੱਟੇ ਨੇ, ਜਿਹੜੇ ਬੰਨ ਵੀਕ ਹੋਏ ਨੇ, ਕਮਜ਼ੋਰ ਹੋਏ ਨੇ, ਉਹਨਾਂ ਦੇ ਕਮਜ਼ੋਰੀ ਹੋਣ ਦੇ ਕਾਰਨ ਖੜਾਏ ਨੇ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਵੱਡੇ ਬਾਦਲ ਸਾਹਿਬ ਨੇ ਜਿਹੜੇ ਬੰਨ ਲਗਾਏ ਸੀ ਉਹਦੇ ਕਰਕੇ ਬਚਾਅ ਹੋ ਗਿਆ, ਨਹੀਂ ਹੋਰ ਜ਼ਿਆਦਾ ਨੁਕਸਾਨ ਹੋਣਾ? ਦੇਖੋ, ਵੱਡੇ ਬਾਦਲ ਸਾਹਿਬ ਵੱਖ ਵੱਖ ਸਮੇਂ ਬਿਲਕੁਲ ਸੀਐਮ ਰਹੇ ਨੇਗੇ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਨੇਗੇ ਸੀਐਮ ਰਹੇ ਨੇ ਪੰਜਾਬ ਦੇ ਵਿੱਚ। ਸੋ ਇਹ ਗੱਲ ਇਹ ਵੀ ਇਕੱਲੇ ਉਹਨਾਂ ਨੂੰ ਕ੍ਰੈਡਿਟ ਜਾਂਦਾ, ਕ੍ਰੈਡਿਟ ਡਿਵੈਲਪਮੈਂਟ ਹੁੰਦੀ ਹੈਗੀ। ਜਿਹੜਾ ਵੀ ਸੀਐਮ ਬਣਦਾ ਪੰਜਾਬ ਦਾ, ਕੋਈ ਵੀ ਸੀਐਮ ਬਣਦਾ, ਡਿਵੈਲਪਮੈਂਟ ਕਰਨੀ ਹੁੰਦੀ ਆ, ਉਹਨਾਂ ਨਦੀਆਂ ਨਾਲੇ ਡੈਮ ਸਾਰੇ ਪੱਕੇ ਕਰਨੇ ਹੁੰਦੇ ਨੇਗੇ। ਸੋ ਇੱਥੋਂ ਪਤਾ ਲੱਗਦਾ ਵੀ ਉਹਨਾਂ ਨੇ ਪੱਕੇ ਨਹੀਂ ਕੀਤੇ, ਮਾਈਨਿੰਗ ਕੀਤੀ ਆ, ਉਹ ਆਪ ਮੰਨ ਰਹੇ ਨੇਗੇ। ਉਹਨਾਂ ਨੇ ਐਡਮਿਟ ਕੀਤਾ, ਕਨਫੈਸ ਕੀਤਾ, ਕਿਹਾ ਗਾ ਕਿ ਕਿਤੇ ਮਾਈਨਿੰਗ ਦੇ ਨਾਲ ਜਿਹੜੀ ਮਾਈਨਿੰਗ ਹੋਈ ਆ, ਉਹ ਜਿਹੜੇ ਬੰਨ ਨੇ ਉਹ ਕਮਜ਼ੋਰ ਹੋਏ ਨੇ, ਤਾਂ ਜਿਹੜਾ ਹੜਾ ਆ ਗਿਆ। ਜਿਵੇਂ ਸਰ ਲਗਾਤਾਰ 5 ਦਿਨ ਤੋਂ ਅਸੀਂ ਵੀ ਕਵਰੇਜ ਕਰ ਰਹੇ ਹਾਂ, ਲੋਕਾਂ ਦੀ ਸ਼ਿਕਾਇਤ ਲਗਾਤਾਰ ਬਣੀ ਆ ਰਹੀ ਕਿ ਵੀ ਪ੍ਰਸ਼ਾਸਨ ਜਿਸ ਕਦਰ ਪ੍ਰਸ਼ਾਸਨ ਨੂੰ ਪਹੁੰਚਣਾ ਚਾਹੀਦਾ ਸੀ ਉਸ ਤਰ੍ਹਾਂ ਦੀ ਹਾਜ਼ਰੀ ਪ੍ਰਸ਼ਾਸਨ ਦੀ ਦਿਖੀ ਨਹੀਂ ਹੈਗੀ। ਬੇਸ਼ੱਕ ਲੋਕ ਜਿਹੜੇ ਆਮ ਲੋਕ ਹੈ ਉਹਨਾਂ ਵੱਲੋਂ ਬਹੁਤ ਭਾਰੀ ਮਦਦ ਕੀਤੀ ਜਾ ਰਹੀ। ਬਿਲਕੁਲ ਸਹੀ ਗੱਲ ਹੈ, ਲੋਕਾਂ ਦੀ ਪ੍ਰਸ਼ਾਸਨ ਜਿਹੜਾ ਹੈਗਾ, ਮੀਂਹ ਪੈਣ ਤੋਂ ਘੱਟੋ ਘੱਟ 1 ਮਹੀਨਾ ਪਹਿਲਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜਿੱਥੇ ਕਿਤੇ ਬੰਨ ਆਪਣੇ ਕਮਜ਼ੋਰ ਨੇ ਉਹ ਜ਼ਿਆਦਾ ਮਜ਼ਬੂਤ ਕਰਨੇ ਚਾਹੀਦੇ, ਜਿੱਥੇ ਕਿਤੇ ਨਾਲੇ ਜਿਹੜੇ ਹੈਗੇ ਨੇ ਘੱਟ ਚੌੜੇ ਹੋ ਗਏ ਨੇ, ਤਾਂ ਉਹਨਾਂ ਨੂੰ ਜਿਹੜਾ ਹੈਗਾ ਦੁਬਾਰਾ ਸਾਫ਼ ਕਰਨਾ ਚਾਹੀਦਾ। ਸੋ ਸਰਕਾਰ ਦੀ ਬਹੁਤ ਵੱਡੀ ਗਲਤੀ ਆ, ਜਦੋਂ ਹਰੇਕ ਸਾਲ ਪਤਾ ਗਾ ਬਾਰਿਸ਼ਾਂ ਨੇ ਆਉਣਾ ਗਾ, ਬਾਰਿਸ਼ਾਂ ਆਉਣ ਤੋਂ ਪਹਿਲਾਂ ਪੁਰਾਣੇ ਨਾਲੇ ਨੇ, ਨਦੀਆਂ ਨੇ, ਕਿਹੜੇ ਕੱਚੇ ਨੇ, ਉਹਨਾਂ ਨੂੰ ਮਜ਼ਬੂਤ ਕਰਦੇ, ਜਿਹੜਾ ਚੌੜਾ ਕਰ ਸਫਾਈ ਹੋਣੀ ਚਾਹੀਦੀ ਆ। ਸੋ ਹੁਣ 100 ਕਰੋੜ ਦੀ ਗੱਲ, ਜੇਕਰ ਪੰਜਾਬ ਸਰਕਾਰ ਨੇ 50 ਕਰੋੜ ਲਾਇਆ ਹੁੰਦਾ ਤਾਂ ਹੜ੍ਹ ਨਾ ਆਉਂਦੇ। ਛੋਟੇ ਬੰਨ ਨੇ ਕਮਜ਼ੋਰ ਹੋਏ ਨੇ, ਲੰਬਾ ਸਮਾਂ ਪਾ ਕੇ ਉਹ ਟੁੱਟ ਜਾਂਦੇ, ਉਹਦੇ ਕਰਕੇ ਹੜ੍ਹ ਆਉਂਦਾ। ਵੱਖਰੇ ਵੱਖਰੇ ਬਿਆਨ ਦੇਣ ਨਾਲੋਂ ਕੀ ਕਰਨਾ ਚਾਹੀਦਾ ਸਾਰੀ ਪੋਲੀਟੀਕਲ ਪਾਰਟੀ ਨੂੰ? ਦੇਖੋ, ਇਸ ਸਮੇਂ ਜਿਹੜੇ ਹੜ੍ਹ ਪੀੜਤ ਇਨਸਾਨ ਨੇ ਪੰਜਾਬ, ਜਿੱਥੇ ਇੱਥੇ ਜਿਹੜਾ ਆ ਗਿਆ ਪੰਜਾਬ ਦੇ ਵਿੱਚ, ਖਾਸ ਤੌਰ 'ਤੇ ਰੂਪਨਗਰ ਮੈਂ ਇੱਥੇ ਕਹਾਂਗਾ, ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਆਪਣੀਆਂ ਪਾਰਟੀ ਵਿੱਚ ਤੋਂ ਉੱਪਰ ਉੱਠ ਕੇ ਮਦਦ ਕਰਨੀ ਚਾਹੀਦੀ ਆ। ਰਾਸ਼ਨ ਲੈ ਕੇ ਆਉਣਾ ਚਾਹੀਦਾ, ਜਿਸ ਤਰ੍ਹਾਂ ਦਾ ਵੀ ਹੋ ਸਕਦਾ ਪ੍ਰਬੰਧ ਉਹ ਕਰਨਾ ਚਾਹੀਦਾ। ਮੈਂ ਦੇਖ ਰਿਹਾ ਬਠਿੰਡੇ ਤੋਂ ਬਹੁਤ ਸਾਰੇ ਲੋਕ ਆਏ ਹੋਏ ਨੇ ਕਿ ਮੈਨੂੰ ਕਾਫੀ ਬੰਦੇ ਮਿਲਣਗੇ। ਆਮ ਆਦਮੀ ਪਾਰਟੀ ਦੇ ਮੈਂ ਵਲੰਟੀਅਰ ਨੂੰ ਬੇਨਤੀ ਕੀਤੀ ਆ, ਪਹਿਲਾਂ ਵੀ ਅਸੀਂ ਕਰ ਰਹੇ ਹਾਂ ਲਗਾਤਾਰ, ਅਸੀਂ ਕਹਿੰਦੇ ਜਿੱਥੇ ਵੀ ਕਿਤੇ ਹੋ ਸਕਦਾ, ਜਿੰਨਾ ਵੀ ਤੁਹਾਡੇ ਤੋਂ ਮਦਦ ਹੋ ਸਕਦੀ ਆ, ਵੱਧ ਤੋਂ ਵੱਧ ਹੜ੍ਹ ਪੀੜਤਾਂ ਦੀ ਮਦਦ ਕੀਤੀ।